जी गल साडे पिंड दे जिहड़ा कामकार च आऊगा चाहे दुश्मन भी आ असीं उहदा धन्नवाद करांगे। सो जे इह जिहड़ा हैगा काम मानका अनुसार जिहड़ा हैगा सही ना कीता गया ਤਾਂ ਅਸੀਂ ਦੱਬ ਕੇ ਵਿਰੋਧ ਕਰਾਂਗੇ। ਬੀਬੜੀਆਂ ਮਾਈਆਂ ਕਮੇਟੀ, ਗੁਰਦੁਆਰਾ ਸਾਹਿਬ ਕਮੇਟੀ, ਸਮੁੱਚੀ ਪੰਚਾਇਤ ਤੋਂ ਲੈ ਕੇ ਸਾਰੀਆਂ ਸੰਸਥਾਵਾਂ ਖੜੀਆਂ ਨੇ, ਭਾਰਤੀ ਕਿਸਾਨ ਯੂਨੀਅਨ ਤੋਂ ਲੈ ਕੇ ਸਾਰੀਆਂ ਸੰਸਥਾਵਾਂ। ਸੋ ਇੱਕ ਤਾਂ ਤੁਹਾਡਾ ਵਹਿਮ ਕੱਢ ਦਈਏ, ਵਹਿਮ ਤੁਹਾਡਾ ਇਹ ਕੱਢ ਦਈਏ ਵੀ ਇਹ ਪਿਛਲੀ ਕੈਪਟਨ ਸਰਕਾਰ ਦਾ ਪੈਸਾ, ਕਾਂਗਰਸ ਸਰਕਾਰ ਦਾ। ਉੱਗੋ ਕੇ ਟੱਕ ਲਾਉਣ ਤੋਂ ਪਹਿਲਾਂ ਕਾਂਗਰਸੀਆਂ ਦਾ ਧੰਨਵਾਦ ਕਰਕੇ ਆਵੇ ਜਾਂ ਕਾਂਗਰਸ ਚ ਸ਼ਾਮਲ ਹੋਵੇ। ਮੈਨੂੰ ਦੱਸੇ ਅੱਜ ਤੱਕ ਉਹਨੇ ਸਹਿਣੇ ਵਾਸਤੇ ਕੀਤਾ ਕੀ ਆ। ਜੇ ਕਰੇਗਾ ਮੈਂ ਨੰਗੇ ਪੈਰੀ ਧੰਨਵਾਦ ਕਰਾਂਗਾ ਤੁਹਾਡੇ ਦੁਆਰਾ। ਪਰ ਹੁਣ ਤੱਕ ਤੁਸੀਂ ਸਟੇਡੀਅਮ ਦਾ ਜਿਹੜਾ ਕੰਮ ਸ਼ੁਰੂ ਕੀਤਾ ਧੰਨਵਾਦ ਕਰਦੇ ਆ, ਪਰ ਉਹ ਚੋਂ ਵੀ ਜੇ ਤੁਸੀਂ ਪੈਸਾ ਕਮਾਉਣਾ ਚਾਹੋ, ਖਾਣਾ ਚਾਹੋ ਤਾਂ ਭੁੱਲ ਜਿਓ। ਅਸੀਂ ਗ੍ਰਾਮ ਪੰਚਾਇਤ ਯੂਜ਼ਰ ਏਜੰਸੀ ਆ ਸਹਿਣੇ ਦੀ, ਕੰਮ ਕੁਆਲਿਟੀ ਦਾ ਲਾਵਾਂਗੇ। ਠੇਕੇਦਾਰਾਂ ਨੂੰ ਅੱਜ ਵਾਰਨ ਕਰਦੇ ਆ ਵੀ ਕੰਮ ਕੁਆਲਿਟੀ ਦਾ ਹੋਣਾ ਚਾਹੀਦਾ। ਸੋ ਧਾਲੀਵਾਲ ਸਾਹਿਬ ਇਹ ਅੱਜ ਇਹ ਪਾਈਪ ਲਾਈਨ ਆਪਾਂ ਚੁਕਾਵਾਂਗੇ ਇੱਥੋਂ। ਦੇਖੋ 2.5 ਫੁੱਟ ਡਾਈ ਦੀ ਆਪਾਂ ਪੰਚਾਇਤ ਨੇ ਪਾਈਪ ਪਾਈ ਹੈ, ਜੇ ਛੋਟੀਆਂ ਪਾਉਣਗੇ ਤਾਂ ਇਸ ਦਾ ਦੱਬ ਕੇ ਵਿਰੋਧ। ਇਹ ਤਾਂ 1.5 ਫੁੱਟ ਹੈ, ਇਹਦਾ ਮਟੀਰੀਅਲ ਵੀ ਮਾੜਾ ਲੱਗਦਾ ਜੀ, ਇਹ ਤਾਂ ਭੁਰੀ ਹੋ ਜਾਂਦੀ ਹੈ, ਸਾਲਾ ਮਾੜਾ ਭੁਰੀਆਂ ਜਾਂਦੀਆਂ ਨੇ। ਆਪਣੇ ਕੋਲ ਰਿਕਾਰਡ ਆ ਜੀ ਇਹ ਸਾਰਾ। ਚੱਲ ਦੱਸ ਦਿਓ ਮੈਡਮ ਦਾ, ਗਰਮ ਹੋ ਜਾਂਦਾ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਐਮਐਲਏ ਉੱਗੋ ਕੇ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਐਮਐਲਏ ਉੱਗੋ ਕੇ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਕੁਆਲਿਟੀ ਚ ਅਸੀਂ ਸਮਝੌਤਾ ਨਹੀਂ ਕਰਦੇ, ਤੁਹਾਨੂੰ ਦੱਸਤਾ ਜੇ ਪੈਸੇ ਦੀ ਭੁੱਖਾ ਦੱਸੋ ਮੈਂ ਪਿੰਡ ਤੋਂ ਇਕੱਠਾ ਕਰਕੇ ਦੇਵਾਂਗਾ। ਸੋ ਇਹ ਜਿਹੜਾ ਕੁਆਲਿਟੀ ਦਾ ਕੰਮ ਆ, ਕੁਆਲਿਟੀ ਦਾ ਹੋਣਾ ਚਾਹੀਦਾ, ਨਹੀਂ ਤਾਂ ਅਗਲਾ ਸੰਘਰਸ਼ ਅਫਸਰ ਸਾਹੀ ਨੂੰ ਵੀ ਕਹਿ ਦਿੰਦਾ ਮਜਬੂਰੀ ਆ ਤੁਹਾਡੀ, ਇਹਦੇ ਵਿੱਚੋਂ ਜੇ ਉਹ ਪੈਸੇ ਭਾਲਦਾ ਤਾਂ ਭੁੱਲ ਜੇ। ਅਗਲਾ ਜਿਹੜਾ ਸੰਘਰਸ਼ ਆ ਸਾਡਾ ਧਰਨਾ ਹੋਊਗਾ, ਜੇ ਸਹੀ ਤਰੀਕੇ ਨਾਲ ਕੰਮ ਜਿਹੜਾ ਟਾਈਮ ਅਨੁਸਾਰ ਨਾ ਕੀਤਾ ਗਿਆ, ਸਟੇਡੀਅਮ ਦਾ ਤੇ ਛੱਪੜਾਂ ਦਾ ਤੇ ਪਾਈਪ ਲਾਈਨ ਦਾ। ਸੋ ਅਗਲਾ ਜਿਹੜਾ ਸਾਡਾ ਸੰਘਰਸ਼ ਆ ਤਿੱਖਾ ਹੋਊਗਾ। ਹਾਂਜੀ ਧੰਨਵਾਦ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੰਨੀ ਸੰਗਤ ਪਹੁੰਚੀ ਇੱਥੇ, ਸਾਰੀ ਹੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਮੈਂ ਦੱਸਣਾ ਚਾਹੁੰਦਾ ਗਾ ਕਿ ਪਿੰਡ ਦੇ ਜਿਹੜੇ ਸਰਬਪੱਖੀ ਵਿਕਾਸ ਕਾਰਜ ਆ ਉਹ ਹੋਣ, ਅਸੀਂ ਕਰਵਾ ਕੇ ਰਾਜ਼ੀ ਆ। ਸਾਡੀ ਸਮੁੱਚੀ ਪੰਚਾਇਤ ਇੱਥੇ ਖੜੀ ਹੈਗੀ, ਪਰ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਗੁੰਮਰਾਹ ਕਰਿਆ ਜਾਵੇ, ਲੋਕਾਂ ਨੂੰ ਬੁੱਧੂ ਬਣਾਇਆ ਜਾਵੇ ਵੀ ਉਸੇ ਕੰਮਾਂ ਦਾ ਦੁਬਾਰੇ ਉਦਘਾਟਨ ਕੀਤਾ ਜਾਵੇ। ਆਪਾਂ ਇਸੇ ਪਾਈਪ ਲਾਈਨ ਦਾ ਉਦਘਾਟਨ ਜਿਹੜਾ ਥਾਪਰ ਮਾਡਲ ਸਹਿਣੇ ਵਿੱਚ ਬਣ ਜਾ ਰਿਹਾ, 24 ਫਰਵਰੀ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਅਰਦਾਸ ਕੀਤੀ ਗਈ ਆ ਸਾਰੀਆਂ ਪਾਰਟੀਆਂ ਦੇ ਉੱਤੇ, ਸਾਰੇ ਪੰਚਾਇਤਾਂ ਦੇ ਬੰਦੇ, ਸਾਰੀਆਂ ਮਤਲਬ ਕਿ ਆਮ ਆਦਮੀ ਪਾਰਟੀ ਦੇ ਬੰਦੇ ਵੀ ਉੱਥੇ ਮੌਜੂਦ ਸੀਗੇ, ਜਿਨ੍ਹਾਂ ਦੇ ਕੁੱਲ ਮਾਰ ਕੁੱਲ ਮਿਲਾ ਕੇ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਲੋਲਾ ਕਰਦੇ ਨੇ। ਸਾਨੂੰ ਇਹ ਦੁੱਖ ਹੋਇਆਗਾ ਵੀ ਜਦੋਂ ਦਾ ਇੱਕ ਵਾਰੀ ਥਾਪਰ ਮਾਡਲ ਦਾ ਉਦਘਾਟਨ ਹੋ ਗਿਆ ਸੀ, ਇਹ ਕਿਉਂ ਆਪਦੇ ਆਪ ਨੂੰ ਹਸਾਉਣਾ ਬਣਾਉਂਦੇ ਨੇ, ਉਹਦਾ ਦੁਬਾਰੇ ਉਦਘਾਟਨ ਕਰਦੇ ਆ, ਟੱਕ ਲਵਾਉਂਦੇ ਆ। ਅਸੀਂ ਕਹਿੰਦੇ ਦੁਬਾਰੇ ਹੋਰ ਗ੍ਰਾਂਟ ਲੈ ਕੇ ਆਉਣ, ਕੋਈ ਨਵੇਂ ਕੰਮ ਸ਼ੁਰੂ ਕਰਨ, ਅਸੀਂ ਇਹਨਾਂ ਦੇ ਨਾਲ ਖੜਾਂਗੇ। ਅਸੀਂ ਕਿਹੜਾ ਪੰਚਾਇਤ ਇਹਨਾਂ ਦੀ ਕੋਈ ਵਿਰੋਧੀ ਹੈਗੀ, ਪੰਚਾਇਤ ਹਮੇਸ਼ਾ ਇਹ ਚਾਹੁੰਦੀ ਹੁੰਦੀ ਆ ਜਿਹੜੇ ਪੰਚਾਇਤ ਮੈਂਬਰ ਆ ਉਹ ਵੀ ਮਤਲਬ ਕਿ ਜਿਵੇਂ ਆਪਾਂ ਕਹਿੰਦੇ ਵੀ ਇੱਕ ਮਾਂ ਕੀ ਜਿੰਨਾ ਕਰਾਉਂਦੀ ਨਹੀਂ ਬੱਚੇ ਨੂੰ ਦੁੱਧ ਨਹੀਂ ਦਿੰਦੀ, ਬੱਚਾ ਜਿੰਨਾ ਕਰਾਉਂਦਾ ਨਹੀਂ, ਪੰਚਾਇਤ ਮੈਂਬਰ ਵੀ ਇਹੇ ਤਰ੍ਹਾਂ ਗ੍ਰਾਂਟਾਂ ਦੀ ਮੰਗ ਕਰਦੇ ਰਹਿੰਦੇ ਨੇ। ਪਰ ਇਹ ਥੋੜੀ ਵੀ ਇੱਕ ਥਾਪਰ ਮਾਡਲ ਦਾ ਜਿਹੜਾ ਉਦਘਾਟਨ ਆ ਉਹ ਬਾਰ ਬਾਰ ਕੀਤਾ ਜਾਵੇ, ਜਦੋਂ ਕਿ ਇੱਥੇ ਜਿਹੜਾ ਠੇਕੇਦਾਰ ਸੀ ਉਹਨੇ ਸਾਨੂੰ ਦੱਸਿਆ ਸੀ ਬਲਾਕ ਸਹਿਣਾ ਦੇ ਜਿੰਨੇ ਪਿੰਡ ਆ ਕਿਸੇ ਟਾਈਮ ਚ ਕਿਸੇ ਪਿੰਡ ਦੇ ਵਿੱਚ 18 ਇੰਚੀ, ਕਿਸੇ ਪਿੰਡ ਦੇ ਵਿੱਚ 12 ਇੰਚੀ ਪਾਈਪਾਂ ਪਈਆਂ। ਪਰ ਜਿਹੜੀ ਗ੍ਰਾਮ ਪੰਚਾਇਤ ਸਹਿਣਾ ਨੇ ਮੈਡਮ ਡਿਪਟੀ ਕਮਿਸ਼ਨਰ ਦੇ ਹੁਕਮਾਂ ਤੇ ਕੰਮ ਚਲਾਇਆ ਸੀਗਾ, 24 ਇੰਚ ਪਾਈਪ ਸੀਗੀ, ਪਰ ਅੱਜ ਉਹਨਾਂ ਨੇ ਫਿਰ 18 ਇੰਚੀ ਪਾਈਪਾਂ ਗਈਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ। ਇਹ ਪਾਈਪਾਂ ਦਾ ਅਸੀਂ ਵਿਰੋਧ ਕਰਦੇ ਹਾਂ ਵੀ ਜੇ ਕੰਮ ਚਲਾਉਣਾ ਗਾ ਤਾਂ ਸਹੀ ਢੰਗ ਤਰੀਕੇ ਨਾਲ ਚਲਾਵੋ। ਇਹਨਾਂ ਨੇ ਗਲਤ ਫਹਿਮੀਆਂ ਨੇ ਇਹਨਾਂ ਦੇ ਦਿਮਾਗ ਦੇ ਵਿੱਚ, ਜਦੋਂ ਥਾਪਰ ਮਾਡਲ ਦਾ ਜਾਂ ਮੇਨ ਬੱਸ ਸਟੈਂਡ ਤੇ ਬਾਥਰੂਮਾਂ ਦਾ ਕੰਮ ਚੱਲਿਆ, ਉਦੋਂ ਕੁਛ ਟਾਈਮ ਬਾਅਦ ਇਹਨਾਂ ਨੇ ਪੰਚਾਇਤ ਸੈਕਟਰੀਆਂ ਦੀਆਂ ਬਦਲੀਆਂ ਕਰਤੀਆਂ। ਇਸ ਤਰ੍ਹਾਂ ਬਦਲਖੋਰੀ ਦੀਆਂ ਨੀਤੀਆਂ ਨਹੀਂ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਬਦਲਾਉ ਕਰਾਂਗੇ, ਪਿੰਡਾਂ ਦਾ ਬਦਲਾਉ ਕਰਨ, ਗ੍ਰਾਂਟਾਂ ਦੇ ਗੱਫੇ ਦੇਣ, ਪਿੰਡਾਂ ਦੇ ਲੋਕ ਚਾਹੁੰਦੇ ਆ ਵੀ ਪਿੰਡਾਂ ਦੇ ਵਿਕਾਸ ਕਾਰਜ ਹੋਣ। ਕੁੱਲ ਮਿਲਾ ਕੇ ਜੇ ਕਿਤੇ ਸਾਨੂੰ 5 ਲੱਖ ਦੀ ਗ੍ਰਾਂਟ ਆਈ ਆ ਨਾ, ਤੇ ਸਾਡਾ ਉੱਥੇ 5.5 ਲੱਗਿਆ, 6 ਲੱਗਿਆ, ਕੋਲੋਂ ਲਾਏ ਨੇ ਪੈਸੇ। ਸੋ 67 ਲੱਖ
96,000 चो ये भुल जान भी ए चो पैसे कमा के लाभ नू दे देंगे तो भुल जान ये असी सारे लगे लेने इतने क्वालिटी का काम लेना 24 फरवरी ना मैं दोबारा फिर दसना चाहना भी उद्घाटन हो चुका गा जेड़ा परसों जो इन्होंने दोबारे ड्रामेबाजिया कीतिया ओदा समुचे पिंड वासी है जो बहुत दुख मान रहे उसकी निखेधी कर दिया हूं मैं बेनती करता साडे नाजम सिंह पंच नू जो भी दो मिनट बोलन नाजम सिंह जी मेरे बहुत ही सत्कारयोग ग्राम पंचायत सहना गुरुद्वारा साहब कमेटी बिंदिया कमेटी किसान यूनियन जथेबंदी सो सारे ने अज रल के देखा है जिथे आके इन्होंने विजिट किया जथेबंदियां ने भी जिहड़ी पंचायत ने पहला 24 इंच पाइपलाइन की सी अज दोबारा तो जिहड़े डीसी साहब दे धालीवाल साहब ने दस्सिया है मैडम डीसी साहब के हुक्मां दे अनुसार असीं 24 इंच पाइप जिहड़ी पाई सी अज दोबारा तो जिहड़ा इह काम हैगा ठेकेदार ने 18 इंची पाइप जिन्ना बिजली पानी है जिहड़ा पिंड दा सब तो वड्डा पिंड है सैना यह पानी नहीं लंघ सकता सारे पिंड दा पानी आउणा सो बेनती आ पंजाब सरकार नूं मैडम डीसी साहब नूं कि इस तरह विजिट करके आके देखण यह जिहड़ा पैसा लाया गा बेअर्थ जाणा सो 24 इंच जिहड़ी पाइप पहला पै चुकी है पंचायत ग्राम पंचायत सैना ने पाई है सो उस तरह जिहड़ी पाइप है यह दोबारा पैनी चाहिए आ सारा पिंड इस चीज़ का विरोध करता तो जे यह इस तरह यह पाइप पाई गई पूरा पिंड इसका तिखा विरोध करूगा धन्यवाद फटाफट करो गर्म होने वाला मोबाइल फटाफट करो गर्म होने वाला मोबाइल ਕਰ ਦੇ ਕਰ ਦੇ ਆ ਜਾ ਤੇ ਸਾਡਾ ਰੁਕੇ ਤੇ ਆ ਜਾ ਵੀ ਆ ਜਾ ਬੰਦੇ ਮਾਰ ਦਾ ਮਾਰ ਕੋ ਤਾਂ ਬਚਾਲੇ ਕਰਾਂਗੇ ਛੋਟੂ ਚੰਗਾ ਹੱਥ ਹੈ ਇੱਛਾ ਨੂੰ ਹੋ ਗਿਆ ਤੁਹਾਡਾ